पल्ले 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 साहिल सेवादार, क्या बात है, जय हो। ਚਾਹ ਚੜੀ ਬੈਠੋ ਡੋਗਰਿਓ, ਕੀ ਹਾਲ ਚਾਲ। ਅਤੇ ਮੈਂ ਤੁਹਾਡਾ ਆਪਣਾ ਦੋਸਤ ਸਾਹਿਲ ਸੇਵਾਦਾਰ, ਅਤੇ ਅੱਜ ਫਿਰ ਲਈ ਆਇਆ ਤੁਹਾਡੇ ਵਾਸਤੇ ਇੱਕ ਨਵਾਂ ਬਲੌਗ। ਹੈਲੋ ਐਵਰੀਵਨ, ਜੈ ਸ਼੍ਰੀ ਰਾਮ, ਜੈ ਮਾਂ ਕਾਲ, ਹਰ ਹਰ ਮਹਾਦੇਵ, ਜੈ ਡੁੱਗਰ, ਜੈ ਮਾਂ ਡੋਗਰੀ। ਆਵਾਂ ਸਾਹਿਲ ਸੇਵਾਦਾਰ, ਅਤੇ ਤੁਸੀਂ ਲੋਕ ਦੇਖਾ ਗਏ ਸਾਹਿਲ ਸੇਵਾਦਾਰ ਦਾ ਬਲੌਗ ਅਤੇ ਗੱਲ ਕਰਦੇ। ਅਤੇ ਪਿਛਲਾ ਤਿਆਰੀ ਜਿਹੜੀ ਆ ਫਿਲਹਾਲ ਜੰਮੂ ਵਾਲੇ ਪਾਸੇ ਹੀ ਆ, ਔਰ ਅੱਜ ਜਿਹੜਾ ਆ ਜੰਮੂ ਦਾ ਟੂਰ ਹੋਣਾ ਹੈ, ਅਤੇ ਡਾਕਟਰ ਜਤਿੰਦਰ ਸਿੰਘ ਹੋਣੇ ਉਹਦੇ ਕੰਨੇ ਜਿਹੜਾ ਆ ਉਹ ਮਿਲਣ ਜਾ ਕਰਨੇ ਆ। ਅਤੇ ਫਿਲਹਾਲ ਤਾਂ ਮੈਂ ਇਸਲੈ ਇਕੱਲਾ ਹੀ ਹਾਂ, ਔਰ ਗੱਡੀ ਜਿਹੜੀ ਆ ਉਹ ਮੈਂ ਆਪਣੀ ਗੱਡੀ ਜਿਹੜੀ ਆ ਉਹ ਲੈਣ ਲੱਗਾ, ਅਤੇ ਉਹਦੇ ਬਾਅਦ 'ਚ ਪਿਊਸ਼ ਹੋਣਾ ਵੀ ਜਿਹੜਾ ਆ ਉਹ ਮਿਲਣਾ ਆ, ਅਤੇ ਉਹਦੇ ਬਾਅਦ 'ਚ ਹੋਰ ਕੌਣ ਕੌਣ ਯਾਦ ਆਇਆ ਉਹ ਤਾਂ ਅੱਗੇ ਜੀ ਪਤਾ ਲੱਗਣਾ ਆ। ਅਤੇ ਚਲੋ ਚਲ ਚਾ, ਅਤੇ ਦਿਖ ਚਾ ਕਿ ਮਾਹੌਲ ਆ ਗਿਆ, ਅਤੇ ਰਸਤੇ 'ਚ ਕਿੱਥੇ ਕਿੱਥੇ ਰੁਕਣਾ ਹੈ, ਅਤੇ ਕਿਹੜੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਹੋਣੀਆਂ ਨੇ, ਉਹ ਸਾਰਾ ਕੁਛ ਬਲੌਗ 'ਚ ਤੁਹਾਨੂੰ ਦੇਖਣ ਲੱਭਾ, ਅਤੇ ਬਲੌਗ ਜਿਹੜਾ ਆ ਉਹ ਪੂਰਾ ਦੇਖਿਓ। ਦੋਸਤੋ, ਫਾਟਕ ਜਿਹੜਾ ਆ ਜਿਸਲਾ ਅਸੀਂ ਫਾਟਕ ਲੱਗ ਬੁੱਝੇ, ਅਤੇ ਫਾਟਕ ਜਿਹੜਾ ਆ ਉਹ ਬੰਦ ਹੋਈ ਆਇਆ, ਅਤੇ ਤੁਹਾਨੂੰ ਮੈਂ ਸੁਣਾਇੜਾ ਅਖਿਲ ਹੋਰ ਵੀ ਜਿਹੜੇ ਨੇ ਉਹ ਜੰਮੂ ਜਾ ਕਰਦੇ ਨੇ। ਜੈ ਸ਼੍ਰੀ ਰਾਮ ਜੀ। ਅਤੇ ਚਲੋ ਪਿੱਛੇ ਗੱਲ ਕਰਦੇ, ਅਤੇ ਵੱਡੇ ਹੁੰਦੀ ਗੱਡੀ ਵੀ ਜਿਹੜੀ ਆ ਉਹ ਆਈ ਹੈ। ਇਹ ਜਿਹੜਾ ਸਿਆਪਾ ਹੈ ਜਿਹੜੀ ਕਾਣ ਪੇਰੀ ਰਹਿੰਦੀ ਹੈ, ਇਹ ਕਾਣ ਪਤਾ ਨਹੀਂ ਕਦੋਂ ਮੁੱਕਣੀ ਹੈ ਅਤੇ ਕੁੰਨ ਮੁਕਾਣੀ ਹੈ। ਮੈਂ ਇਸਦਾ ਫਾਟਕ ਖੁੱਟਦਾ, ਔਰ ਇੱਕ ਮੁੰਡਾ ਲੱਭਿਆ ਕਿ ਨਾ ਵੀ ਉਹਦਾ ਨੀਰੇ ਸ਼ਰਮਾ ਹੋਰ ਨੇ, ਔਰ ਇਹ ਵੀ ਕੁਦਾ ਕਠੂਆ ਜਾ ਦਿੰਦੇ, ਲੇਕਿਨ ਮੈਂ ਸਪੈਸ਼ਲ ਸੱਦਿਆ ਕਿ ਭਈਆ ਮੈਂ ਤੁਹਾਡੀ ਵੀਡੀਓ ਦੇਖਣ ਵਾਲਾ, ਔਰ ਬੜਾ ਮਨ ਖੁਸ਼ ਹੁੰਦਾ ਉਸਲੇ ਜਿਹੜੇ ਸਾਨੂੰ ਜਿਹੜੇ ਬੱਚੇ ਲੱਭਦੇ ਨੇ ਜਾਂ ਕੋਈ ਵੀ ਲੱਭਦਾ ਜਿਹੜਾ ਇੰਨੀ ਗੱਲ ਕਰਾਉਂਦਾ ਕਿ ਤੁਹਾਡੀ ਵੀਡੀਓ ਜਿਹੜੀ ਆ ਉਹ ਦੇਖਣ ਹੁੰਦੇ ਅਸੀਂ। ਤਾਂ ਬਹੁਤ ਬਹੁਤ ਥੈਂਕਸ ਤੁਹਾਡਾ। ਮਿੱਤਰੋ, ਪਹਿਲੀ ਛਬੀਲ ਜਿਹੜੀ ਆ ਸਾਨੂੰ ਲੱਭੀ ਆ ਫਾਟਕ ਕ੍ਰਾਸ ਕਰਦੇ ਹੀ ਬਰਨੋਟੀ, ਔਰ ਬੁੱਧੀ ਲਿੰਕ ਰੋਡ ਪਰ ਛਬੀਲ ਲੱਗੀ ਦੀ ਸੀ, ਅਤੇ ਹੁਣ ਮੈਨੂੰ ਲੱਗਦਾ ਜੰਮੂ ਤੱਕ ਜਿਹੜੀਆਂ ਨਾ ਉਹ ਛਬੀਲਾਂ ਹੀ ਛਬੀਲਾਂ ਲੱਭਣੀਆਂ, ਕਿਉਂਕਿ ਅੱਜ ਨਿਜਲ ਕਾਸ਼ਤੀ ਵੀ ਹੈ। ਅਤੇ ਚਲੋ ਚਲ ਚੋ ਹੁਣ ਅੱਗੇ ਵਾਲੇ ਪਾਸੇ ਜੀ, ਇੱਧਰ ਜੇ ਪੈਟਰੋਲ ਦੀ ਛਬੀਲ ਆਉਣੀ ਹੋਵੇ ਤਾਂ ਕਿਹਦਾ ਰਹਿੰਦਾ ਮਾਹੌਲ, ਕਿ ਰਸ਼ ਬੜਾ ਪੈਦਾ ਰਹਿੰਦਾ ਫਿਰ, ਫਿਰ ਉਹ ਛਬੀਲ ਜਿਹੜੀ ਪੈਟਰੋਲ ਦੀ ਹੁੰਦੀ ਮੋਟਰਸਾਈਕਲ 'ਤੇ ਗੱਡੀਆਂ ਪੈਂਦੀਆਂ। ਹਾਂ, ਤੁਹਾਨੂੰ ਪਤਾ ਦੇਖੋ ਜੀ, ਇਹ ਵੀ ਰੋਜ਼ੀ ਰੋਟੀ ਹੁੰਦੀ ਲੋਕਾਂ ਦੀ ਆ, ਮੋਟਰਸਾਈਕਲ ਜਾਣਾ ਕੰਮ ਕਰਨਾ ਗੱਡੀ ਲਈ ਕੰਮ ਕਰਨ ਜਾਣਾ, ਰੋਜ਼ੀ ਰੋਟੀ ਹੁੰਦੀ, ਉਹਨੇ ਵੀ ਛਬੀਲ ਲਾਉਣੀ ਚਾਹੀਦੀ। ਓ ਪੱਲੇ 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 ਸਾਹਿਲ ਸੇਵਾਦਾਰ, ਕਿਆ ਬਾਤ ਹੈ, ਜੈ ਹੋ। ਅਤੇ ਇਸ ਵਾਸਤੇ ਜਿਹੜੇ ਹੈ ਮੋਹਨਗਿਰੀ ਮਹਾਰਾਜ ਜਿਹੜੇ ਨੇ ਉਹਦੇ ਦਰਬਾਰ 'ਚ ਜਿਹੜੇ ਅਸੀਂ ਆਈ ਚੁੱਕੇ ਨੇ, ਅਤੇ ਚਲੋ ਅੰਦਰ ਚਲ ਜਾਓ, ਔਰ ਇੱਥੋਂ ਦਾ ਵਾਤਾਵਰਨ ਜਿਹੜਾ ਉਹ ਵੀ ਦੱਸਣੇ, ਔਰ ਮੰਦਿਰ ਜਿਹੜਾ ਹੈ ਉਹ ਵੀ ਤੁਹਾਨੂੰ ਦਰਸ਼ਨ ਜਿਹੜੇ ਆ ਉਹ ਕਰਾਉਂਦੇ। ਕੋਟੀ ਕੋ ਦੋਸਤੋ, ਇਸ ਲਾਸ ਜਿਹੜੇ ਆ ਠੰਡੀ ਖੂਹ ਪੁੱਜ ਚੁੱਕੇ ਆ, ਔਰ ਜਿਸਲੇ ਵੀ ਜੰਮੂ ਵਾਲੇ ਪਾਸੇ ਵੀ ਜਾਣਾ ਹੋਇਆ
ਅਤੇ ਠੰਡੀ ਖੂਹੀ ਬੰਦਾ ਜਿਹੜਾ ਆ ਹਮੇਸ਼ਾ ਰੁਕਦਾ ਆ, ਔਰ ਉੱਥੇ ਚਾਹ ਪਕੌੜੇ ਮੱਠੀ ਬਰਫੀ ਕੁਛ ਨਾ ਕੁਛ ਜਿਹੜਾ ਆ ਉਹ ਜ਼ਰੂਰ ਖਾਈ ਜਾਂਦਾ ਆ। ਅਤੇ ਇਸ ਸਮੇਂ ਅਸੀਂ ਅੰਦਰ ਪੁੱਜੀ ਦੇ ਹਾਂ, ਔਰ ਇਸ ਵੇਲੇ ਚਾਹ ਅਤੇ ਪਕੌੜੇ ਦਾ ਜਿਹੜਾ ਅਰੇਂਜਮੈਂਟ ਹੋਈ ਦਾ ਹੈ, ਅਤੇ ਉਹ ਜਿਹੜੇ ਆ ਖਾ ਕਰਨੇ ਆ, ਔਰ ਪੂਰਾ ਸਵਾਦ ਜਿਹੜਾ ਲੈ ਕਰਨੇ ਆ। ਔਰ ਤੁਸੀਂ ਲੋਕ ਵੀ ਮੈਨੂੰ ਪਤਾ ਆ ਤੁਹਾਡੇ ਮੂੰਹ 'ਚ ਵੀ ਚਟਨੀ ਦਿਖੀ ਹੈ ਜਿਹੜਾ ਆ, ਮੂੰਹ 'ਚ ਪਾਣੀ ਆਈ ਦਾ ਆ, ਲੇਕਿਨ ਘਬਰਾਓ ਨਹੀਂ, ਠੰਡੀ ਖੂਹੀ ਜਾਓ ਅਤੇ ਉੱਥੇ ਜੀ ਆ ਪੂਰਾ ਦਾ ਪੂਰਾ ਮਜ਼ਾ ਜਿਹੜਾ ਆ ਉਹ ਲਿਆਓ, ਅਤੇ ਠੰਡੀ ਖੂਹੀ ਤੁਹਾਨੂੰ ਜਾਣੇ ਪਾਉਣਾ ਆ ਸਵਾਦ ਜੇ ਲੈਣਾ ਹੋਵੇ ਤਾਂ। ਦੋਸਤੋ ਚਾਹ ਚੂਹ ਪੀ ਲਈ ਹੈ, ਅਤੇ ਚਾਹ ਚੂਹ ਪੀਣ ਦੇ ਬਾਅਦ 'ਚ ਹੁਣ ਇਸ ਵੇਲੇ ਜਿਹੜਾ ਆ ਸਾਰੀ ਗੱਡੀਆਂ ਜਿਹੜੀਆਂ ਨੇ ਇਸ ਵੇਲੇ ਰਿੰਗ ਰੋਡ ਪਰ ਜਿਹੜੀਆਂ ਨੇ ਉਹ ਰੁਕੀ ਦੀਆਂ ਨੇ, ਅਤੇ ਚਲੋ ਅੱਗੇ ਚੱਲ ਚੇ ਔਰ ਸਾਥੀਆਂ ਕਹਿੰਦਾ ਤੁਹਾਨੂੰ ਮਲਾਚਾ। ਜੈ ਸ਼੍ਰੀ ਰਾਮ ਭਈਆ, ਜੈ ਸ਼੍ਰੀ ਰਾਮ। ਹੋਰ ਸੁਣਾਓ, ਮਿੱਤਰੋ ਅਤੇ ਦੋਸਤੋ ਅਤੇ ਸੱਜਣੋ, ਇਹ ਜਿੰਨੀ ਵੀ ਗੱਡੀਆਂ ਵਾ ਕਰਦੀਆਂ, ਇਹ ਸਾਰੀ ਦੀ ਸਾਰੀ ਗੱਡੀਆਂ ਸਰਪੰਚ ਵਿੱਕੀ ਸ਼ਰਮਾ ਦੀ ਅਧਿਕਸ਼ਤਾ 'ਚ ਇਹਦੀ ਪੂਰੀ ਟੀਮ ਜਿਹੜੀ ਹੈ ਉਹ ਅੱਜ ਮਿਲਣ ਜਾ ਕਰਦੀ ਹੈ ਡਾਕਟਰ ਜਤਿੰਦਰ ਸਿੰਘ ਹੋਣੀ, ਕਿਉਂਕਿ ਉਹ PMO ਬਣਨ ਦੇ ਬਾਅਦ ਜਿਹੜਾ ਆ ਅੱਜ ਜੰਮੂ ਪੂਜਾ ਕਰਦੇ ਨੇ, ਉਹਦਾ ਭਵਿਆ ਸਵਾਗਤ ਜਿਹੜਾ ਆ ਉਹ ਉੱਥੇ ਹੋਣਾ ਆ, ਔਰ ਸਾਰੇ ਦੇ ਸਾਰੇ ਉੱਥੇ ਜਾ ਕਰਦੇ ਨੇ। ਅਤੇ ਅੱਜ ਬਾਈ ਰਸਤੇ 'ਚ ਜਿਹੜੀਆਂ ਨੇ ਕਾਫੀ ਛਬੀਲਾਂ ਲੱਗੀ ਦੀਆਂ ਨੇ, ਔਰ ਸਾਡੇ ਭਰਾ ਜਿਹੜੇ ਨੇ ਸੇਵਾ ਕਰਾ ਕਰਦੇ ਨੇ, ਠੰਡਾ ਪਾਣੀ ਜਿਹੜਾ ਆ ਉਹ ਪਲਾ ਕਰਦੇ ਨੇ, ਔਰ ਇਸ ਲਈ ਤੁਸ ਰਿੰਗ ਰੋਡ ਪਰ ਹੈ ਸਾਡੀ ਗੱਡੀਆਂ ਇਸ ਲਈ, ਔਰ ਭਰਾ ਸੇਵਾ ਕਰਾ ਕਰਦੇ ਨੇ, ਬਹੁਤ ਹੀ ਸ਼ੈਲ ਪਾਣੀ ਜਿਹੜਾ ਬਣਾ ਲੈਣਾ ਰੰਗ ਬਿਰੰਗਾ। ਸਾਹਿਲ ਸੇਵਾਦਾਰ ਬਲੌਗ। ਭਾਰਤ ਮਾਤਾ ਕੀ, ਭਾਰਤ ਮਾਤਾ ਕੀ, ਡਾਕਟਰ ਜਤਿੰਦਰ ਸਿੰਘ, ਡਾਕਟਰ ਜਤਿੰਦਰ ਸਿੰਘ, ਭਾਰਤੀ ਜਨਤਾ ਪਾਰਟੀ। ਡਾਕਟਰ ਜਤਿੰਦਰ ਸਿੰਘ ਜੀ ਕੋ ਤੀਸਰੀ ਵਾਰ ਜਿੱਤ ਕਰ ਹੈਟ੍ਰਿਕ ਲਗਾਈ ਹੈ, ਉਸੀ ਤਰ੍ਹਾਂ ਨਰਿੰਦਰ
ਨਰਿੰਦਰ ਭਾਈ ਮੋਦੀ ਜੀ ਨੇ ਡਾਕਟਰ ਜਤਿੰਦਰ ਸਿੰਘ ਜੀ ਕੋ ਪੀਐਮ ਮੈਂ ਬਿਠਾਕਰ ਐਮਓਐਸ ਕਾ ਦਰਜਾ ਦੇਕਰ ਉਨਕੋ ਇੱਕ ਵਾਰ ਫਿਰ ਹੈਟ੍ਰਿਕ ਲਗਾਈ ਹੈ ਉਨਕੋ ਮੰਤਰੀ ਬਣਾਕਰ ਔਰ ਹਮਾਰੇ ਡੋਗਰੋ ਕਾ ਮਾਨ ਰੱਖਾ ਹੈ ਹਮਾਰੇ ਡੋਗਰੋ ਕਾ ਤਾਜ ਜੋ ਹੈ ਵੋ ਬਣਾਏ ਰੱਖਾ ਹੈ ਮੈਂ ਇਸ ਬਾਤ ਕੇ ਲੀਏ ਮੋਦੀ ਜੀ ਕਾ ਔਰ ਭਾਰਤ ਸਰਕਾਰ ਕਾ ਬਹੁਤ ਤਹਿ ਦਿਲ ਸੇ ਸ਼ੁਕਰੀਆ ਕਰਤਾ ਹੂੰ ਔਰ ਉਸੀ ਕੇ ਸਾਥ ਸਾਥ ਜੰਮੂ ਉਧਮਪੁਰ ਡੋਡਾ ਕੀ ਜੋ ਜਿਤਨੇ ਵੀ ਲੋਕ ਹੈ ਉਨਕੋ ਵੀ ਇੱਕ ਵਾਰ ਵਧਾਈ ਦੇਤਾ ਹੂੰ ਕਿ ਹਮਾਰੇ ਡੋਗਰੋ ਕੀ ਪਗੜੀ ਜੋ ਹੈ ਵੋ ਡਾਕਟਰ ਜਤਿੰਦਰ ਸਿੰਘ ਜੀ ਨੇ ਪੂਰੇ ਦੇਸ਼ ਭਰ ਮੈਂ ਉੱਚੀ ਕੀ ਹੈ ਔਰ ਆਨੇ ਵਾਲੇ ਦਿਨੋਂ ਮੈਂ ਆਪ ਦੇਖਣਾ ਹਮ ਪੂਰੀ ਤਰ੍ਹਾਂ ਸੇ ਅਭੀ ਮੁਝੇ ਲਗਤਾ ਨਹੀਂ ਆਜ ਆਜ ਹਮ ਸਵਾਗਤ ਕਰ ਰਹੇ ਹੈ ਔਰ ਡਾਕਟਰ ਸਾਹਿਬ ਨੇ ਉਸੇ ਪਹਿਲੇ ਹੀ ਕਾਮ ਕਰਨਾ ਸ਼ੁਰੂ ਕਰ ਦੀਏ ਹੈ ਨਿਤਿਨ ਗਡਕਰੀ ਜੀ ਜੈਸੇ ਦੇਖਾ ਆਪਣੇ ਉਹ ਸ਼੍ਰੀਨਗਰ ਮੈਂ ਆਏ ਥੇ ਬਹੁਤ ਸਾਰੇ ਰੋਡਸ ਔਰ ਟਨਲ ਕਾ ਜੋ ਹੈ ਅਪਰੂਵਲ ਯਹਾਂ ਪਰ ਡਾਕਟਰ ਜਤਿੰਦਰ ਸਿੰਘ ਜੀ ਨੇ ਉਨਸੇ ਕਰਵਾਇਆ ਹੈ ਜੈਸੇ ਚੇਅਰਮੈਨ ਸਾਹਿਬ ਨੇ ਬਤਾਇਆ ਕਿ ਲਖਨਪੁਰ ਸੇ ਲੇਕਰ ਡੋਡਾ ਤੱਕ ਜੋ ਹਾਈਵੇ ਬਨੇਗਾ ਉਸਮੇ ਸ਼ਕਤੀਕਲਾ ਸੇ ਹੋਤੇ ਹੋਏ ਟਨਲ ਔਰ ਅਨੇਕੋ ਤਰ੍ਹਾਂ ਕੀ ਛੋਟੇ ਬੜੇ ਬ੍ਰਿਜਿਸ ਜੋ ਹੈ ਬਨੇਗੇ ਔਰ ਵੋ ਇੱਕ ਕਨੈਕਟੀਵਿਟੀ ਪੂਰੇ ਬਾਰਡਰ ਜੋ ਹਮਾਰਾ ਹੈ ਲਖਨਪੁਰ ਉਸਕੀ ਡੋਡਾ ਤੱਕ ਬਨੇਗੀ ਪੂਰੀ ਇੱਕ ਕੌਨਸਟੀਚੁਐਂਸੀ ਕੋ ਇੱਕ ਮਾਲਾ ਮੈਂ ਪਿਰੋਨੇ ਕਾ ਕਾਮ ਡਾਕਟਰ ਜਤਿੰਦਰ ਸਿੰਘ ਜੀ ਆਉਣੇ ਵਾਲੇ ਦਿਨੋਂ ਮੈਂ ਕਰੇਂਗੇ ਇਸੇ ਬੜੀ ਬਾਤ ਕਿਆ ਹੋ ਸਕਦੀ ਹੈ ਕਿ ਇਹ ਪੜ੍ਹਾ ਲਿਖਾ ਵਿਅਕਤੀ ਇਮਾਨਦਾਰ ਆਦਮੀ ਔਰ ਮਿਹਨਤਕਸ਼ ਆਦਮੀ ਜੋ ਆਜ ਹਮ ਜਨਤਾ ਉਨਕਾ ਸਵਾਗਤ ਕਰ ਰਹੇ ਹੈ ਔਰ ਉਹ ਉਹਨੇ ਕਾਮ ਕਰਨਾ ਜਿਸ ਦਿਨ ਬੈਠੇ ਉਸੀ ਦਿਨ ਸ਼ੁਰੂ ਕਰ ਦਿਆ ਇਸ ਤਰ੍ਹਾਂ ਕੇ ਵਿਅਕਤੀ ਕਾ ਰਾਜਨੀਤਿਕ ਖੇਤਰ ਮੈਂ ਆਗੇ ਆਉਣਾ ਔਰ ਖਾਸ ਕਰਕੇ ਮੈਂ ਦੁਬਾਰਾ ਕਠੂਆ ਡੋਡਾ ਉਧਮਪੁਰ ਕੀ ਜਨਤਾ ਕਾ ਬਹੁਤ ਬਹੁਤ ਧੰਨਵਾਦ ਕਰਤਾ ਹੂੰ ਜਿਨ੍ਹੋਂਨੇ ਵਿਸ਼ਵਾਸ ਜਿਤਾਇਆ ਭਾਰੀ ਬਰਕਮ ਮਾਤਰਾ ਮੈਂ ਵੋਟ ਜਿਤਵਾਏ ਔਰ 1.25 ਲੱਖ ਸੇ ਉੱਪਰ ਮਾਰਜਨ ਰੱਖ ਕਰ ਹਮੇ ਜਿਤਾਇਆ ਹੈ ਮੈਂ ਬਹੁਤ ਹੱਥ ਜੋੜ ਕਰ ਉਨਕਾ ਧੰਨਵਾਦ ਕਰਤਾ ਹੂੰ ਔਰ ਸਭ ਲੋਗੋਂ ਕੋ ਵਧਾਈ ਦੇਤਾ ਹੂੰ ਬਹੁਤ ਬਹੁਤ ਧੰਨਵਾਦ ਕਿੰਨੀ ਖੁਸ਼ੀ ਹੋਇਆ ਕਰਦੀ ਅੱਜ ਡਾਕਟਰ ਜਤਿੰਦਰ ਸਿੰਘ ਹੋਰ ਇੱਥੇ ਪੂਜਾ ਕਰਦੇ ਨੇ ਹੈਪੀ ਬਰਥਡੇ ਦੇ ਬਾਅਦ ਚ ਦੋਸਤੋ ਇੱਥੋਂ ਪ੍ਰੋਗਰਾਮ ਖਤਮ ਹੋਣ ਦੇ ਬਾਅਦ ਅਸੀਂ ਪੁੱਜੀਏ ਵਾਪਸ ਠੰਡੀ ਖੂਹੀ ਅਤੇ ਠੰਡੀ ਖੂਹੀ ਜਿਹੜਾ ਆਪਣਾ ਪੇਟ ਪੂਜਾ ਦਾ ਕੰਮ ਕੀਤਾ ਰੋਟੀ ਦਾ ਪ੍ਰਬੰਧ ਤਾਂ ਉੱਥੇ ਵੀ ਆ ਲੇਕਿਨ ਉੱਥੇ ਥੋੜ੍ਹਾ ਜਿਹਾ ਰਸ਼ ਹੈ ਅਤੇ ਰਸ਼ ਕੋਲਾ ਪਰੇ ਹੋਈ ਆ ਬਾਹਰ ਆਈਏ ਠੰਡੀ ਖੂਹੀ ਜਿਹੜਾ ਆਪਣਾ ਪੇਟ ਜਿਹੜਾ ਆ ਉਹ ਥੋੜ੍ਹਾ ਜਿਹਾ ਫੁੱਲ ਕੀਤਾ ਦੋਸਤੋ ਚਾਹ ਸ਼ਾਹ ਜਿਹੜੀ ਆ ਉਹ ਪੀ ਲਈ ਹੈ ਅਤੇ ਹੁਣ ਤਿਆਰੀ ਜਿਹੜੀ ਆ ਫਿਲਹਾਲ ਘਰ ਜਾਣੇ ਦੀ ਆ ਔਰ ਰਸਤੇ 'ਚ ਹੁਣ ਕੁਦਰ ਨਹੀਂ ਮਿਲਣਾ ਹੁਣ ਸਿੱਧਾ ਜੀ ਆ ਤੁਹਾਨੂੰ ਜਿਹੜਾ ਆ ਉਹ ਘਰ ਮਿਲਣਾ ਆ ਹੁਣ ਅਤੇ ਦੋਸਤੋ ਆਉਂ ਪੁੱਜੀ ਹਾਂ ਇਸ ਲਈ ਘਰ ਔਰ ਅੱਜ ਵਾਲਾ ਬਲੌਗ ਤੁਹਾਨੂੰ ਕਿਹਾ ਲਗਾਇਆ ਕਮੈਂਟ ਕਰੀਏ ਜਿਹੜਾ ਜ਼ਰੂਰ ਦੱਸਿਓ ਕਿਉਂਕਿ ਸਵੇਰਾ ਨਿਕਲੇ ਸੀ ਅਤੇ ਹੁਣ ਜਸਟ ਲਗਭਗ ਕੋਈ 5:30 ਵਜੇ ਦੇ ਕਰੀਬ ਜਿਹੜਾ ਆ ਘਰ ਪੁੱਜੇ ਹਾਂ ਅਤੇ ਪੂਰਾ ਬਲੌਗ ਤੁਸੀਂ ਦੇਖਿਆ ਆ ਔਰ ਕਮੈਂਟ ਜਿਹੜਾ ਜ਼ਰੂਰ ਕਰਿਓ ਔਰ ਬਲੌਗ ਹੀ ਜਿਹੜਾ ਆ ਉਹ ਸ਼ੇਅਰ ਜਿਹੜਾ ਉਹ ਜ਼ਰੂਰ ਕਰਿਓ ਅਤੇ ਜ਼ਰੂਰ ਦੱਸਿਓ ਅੱਜ ਵਾਲਾ ਬਲੌਗ ਤੁਹਾਨੂੰ ਕਿਹਾ ਲੱਗਾ ਦੇਖਦੇ ਰਹੋ ਸਾਹਿਲ ਸੇਵਾਦਾਰ ਦਾ ਬਲੌਗ ਉਮੀਦ ਹੋ ਇਜਾਜ਼ਤ ਧੰਨਵਾਦ